ਹਾਂਜੀ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਵੇਖਦੇ ਰਹੋ ਵੇਖਣ ਵਾਲਾ ਚੈਨਲ ਹੈ ਤੇ ਮੈਂ ਦੀਪਕ ਸ਼ਰਮਾ ਚਨਾਰਥਲ ਲੈ ਕੇ ਹਾਜ਼ਰ ਹਾਂ ਖਬਰਾਂ ਦੀ ਖਬਰ ਖਬਰ ਕੈਨੇਡਾ ਤੋਂ ਜੀ ਬਿਲਕੁਲ ਚੋਣਾਂ ਦੀ ਕੈਨੇਡਾ ਦੇ ਵਿੱਚ ਚੋਣਾਂ ਹੋਣ ਤੇ ਪੰਜਾਬ 'ਚ ਚਰਚਾ ਨਾ ਹੋਵੇ ਇਹ ਕਿਵੇਂ ਹੋ ਸਕਦਾ ਹੈ ਆਪਾਂ ਪਹਿਲਾਂ ਵੀ ਇਹ ਗੱਲ ਜ਼ਿਕਰ ਕਰ ਚੁੱਕੇ ਹਾਂ ਕਿ ਪਹਿਲੀ ਵਾਰ ਹੈ ਕਿ ਕੈਨੇਡਾ ਦੀਆਂ ਚੋਣਾਂ ਲਈ ਪੰਜਾਬ ਤੋਂ ਫੋਨ ਜਾ ਰਹੇ ਨੇ ਨਹੀਂ ਹੁਣ ਤੱਕ ਇਹ ਹੁੰਦਾ ਹੁੰਦਾ ਸੀ ਕਿ ਪੰਜਾਬ ਦੀਆਂ ਚੋਣਾਂ ਲਈ ਕੈਨੇਡਾ ਤੋਂ ਫੋਨ ਆਉਂਦੇ ਸੀ ਕਿ ਫਲਾਣੀ ਪਾਰਟੀ ਦਾ ਸਾਥ ਦਿਓ ਫਲਾਣੇ ਉਮੀਦਵਾਰ ਦਾ ਸਾਥ ਦਿਓ ਉਹਨੂੰ ਫੰਡ ਪਹਚਾ ਦਿਓ ਉਹਦੀ ਸਹਾਇਤਾ ਕਰੋ ਉਹਦੇ ਲਈ ਬੰਦੇ ਰੇਂਜ ਕਰੋ ਤੇ ਇਸ ਵਾਰ ਕੈਨੇਡਾ ਤੋਂ ਫੋਨ ਜਾ ਪੰਜਾਬ ਤੋਂ ਫੋਨ ਜਾ ਰਹੇ ਨੇ ਕੈਨੇਡਾ ਨੂੰ ਕਿ ਭਾਈ ਲਿਬਰਲ ਦਾ ਸਾਥ ਦਿਓ ਭਾਈ ਟਰੂਡੋ ਨੂੰ ਵੋਟਾਂ ਪਵਾਓ ਭਾਈ ਜਗਮੀਤ ਦਾ ਖਿਆਲ ਰੱਖੋ ਲਿਬਰਲ ਤੇ ਟਰੂਡੋ ਲਈ ਫੋਨ ਇਸ ਲਈ ਜਾ ਰਹੇ ਨੇ ਕਿਉਂਕਿ ਕਹਿੰਦੇ ਕਿ ਉਹਨੇ ਇਮੀਗ੍ਰੇਸ਼ਨ ਦਾ ਰਾਹ ਬਹੁਤ ਵੱਡਾ ਖੋਲਿਆ ਲਗਾਤਾਰ ਪੰਜਾਬ ਦੇ ਜਵਾਕ ਜਿਹੜੇ ਕੈਨੇਡਾ ਪਹੁੰਚ ਰਹੇ ਨੇ ਜਾਂ ਜਿਹੜੇ ਪਹੁੰਚਣ ਦੀ ਤਿਆਰੀ ਚ ਨੇ ਜਿਹੜੇ ਲਾਈਨ 'ਚ ਲੱਗੇ ਨੇ ਜਿਨ੍ਹਾਂ ਨੇ ਵੀਜ਼ਾ ਅਪਲਾਈ ਕਰਨੇ ਨੇ ਹਲੇ ਜਿਨ੍ਹਾਂ ਨੇ ਆਈ ਲੈਟਸ ਪਾਸ ਕਰ ਲਈਏ ਜਾਂ ਕਰ ਰਹੇ ਨੇ ਉਹਨਾਂ ਨੂੰ ਲੱਗਦਾ ਜੇ ਸਰਕਾਰ ਬਦਲ ਗਈ ਖਾਸ ਕਰਕੇ ਜੇ ਕਨਜ਼ਰਵੇਟਿਵ ਦੀ ਸਰਕਾਰ ਆ ਗਈ ਫਿਰ ਸ਼ਾਇਦ ਸਾਡਾ ਦਾ ਨਾ ਲੱਗੇ ਤੇ ਜਗਮੀਤ ਲਈ ਫੋਨ ਇਸ ਲਈ ਜਾ ਰਹੇ ਨੇ ਕਿ ਪਹਿਲੀ ਵਾਰ ਮੌਕਾ ਹੈ ਪੰਜਾਬੀ ਮੂਲ ਦਾ ਹੈ ਪੰਜਾਬ ਦਾ ਹੈ ਤੇ ਕਿਤੇ ਨਾ ਕਿਤੇ ਉਸ ਦੀ ਇਸ ਸਮੇਂ ਕੈਨੇਡਾ ਚ ਚੜ੍ਹਦਾ ਹੈ ਤਾਂ ਪੰਜਾਬੀਆਂ ਨੂੰ ਲੱਗਦਾ ਕਿ ਜੇ ਉੱਥੇ ਪਾਰਟੀ ਪ੍ਰਧਾਨ ਬਣ ਗਿਆ ਪੰਜਾਬੀ ਤਾਂ ਉਹ ਕਿਉਂ ਪ੍ਰਧਾਨ ਮੰਤਰੀ ਵੀ ਨਾ ਬਣ ਜਾਵੇ ਇਸ ਲਈ ਉਹਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਵੀ ਹੁਣ ਪੰਜਾਬੀ ਜ਼ੋਰ ਲਾ ਰਹੇ ਨੇ ਇਸ ਲਈ ਵੀ ਪੰਜਾਬ ਤੋਂ ਫੋਨ ਜਾ ਰਹੇ ਨੇ ਸੋ ਇਹ ਸਭ ਦੇ ਵਿੱਚ ਜਿਹੜੀ ਹੁਣ ਚਰਚਾ ਸਿਖਰ ਤੇ ਹੈ ਜਿਹੜਾ ਇੱਕੋ ਸਵਾਲ ਹੈ ਹੁਣ ਜਿਹਦਾ ਜਵਾਬ ਕਨੇਡਾ ਦੇ ਵਾਸੀ ਵੀ ਲੱਭ ਰਹੇ ਨੇ ਜਿਹਦਾ ਜਵਾਬ ਤੁਸੀਂ ਅਸੀਂ ਵੀ ਲੱਭ ਰਹੇ ਆ ਉਹ ਹੈ ਕਿ ਕਨੇਡਾ ਦਾ ਪੀਐਮ ਕੌਣ ਕਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਟਰੂਡੋ ਸ਼ੀਅਰ ਜਾਂ ਜਗਮੀ ਸਿੰਘ ਇਹ ਸਵਾਲ ਹੁਣ ਸਭ ਦੀ ਜ਼ੁਬਾਨ ਤੇ ਹੈ ਜੀ ਐਡਵਾਂਸ ਪੋਲਿੰਗ ਹੋ ਲਈ ਓਥੇ ਤੇ ਜਿਹੜੀ ਮੁੱਖ ਪੋਲ ਹੋਣੀ ਹੈ ਉਹ 21 ਤਰੀਕ ਨੂੰ ਹੈ ਜਿਨ੍ਹਾਂ ਨੇ ਐਡਵਾਂਸ ਕੰਮ ਨਿਵੇੜ ਲਿਆ ਆਪਣਾ ਉਹ ਵੇਲੇ 4 ਦਿਨ ਦਾ ਸਮਾਂ ਦਿੱਤਾ ਸੀ ਉਹਨਾਂ ਨੇ ਐਡਵਾਂਸ ਪੋਲਿੰਗ ਲਈ ਹਰੇਕ ਹਲਕੇ ਦੇ ਵਿੱਚ ਇੱਕ ਇੱਕ ਥਾਂ ਤੇ ਸਪੈਸ਼ਲ ਬੂਥ ਲਾਏ ਸੀ ਤੇ ਵੱਡੀ ਗਿਣਤੀ ਦੇ ਵਿੱਚ ਪਿਛਲੀ ਵਾਰ ਨਾਲੋਂ 29% ਦੀ ਜ਼ਿਆਦਾ ਵੋਟਾਂ ਪੋਲ ਹੋਈਆਂ ਕਹਿੰਦੇ ਇਸ ਵਾਰ ਐਡਵਾਂਸ ਪੋਲਿੰਗ 'ਚ ਉਹ ਵੀ ਵਿਸ਼ਾ ਪਾ ਛੂਹਾਂਗੇ ਉਸ ਵਿਸ਼ੇ ਤੇ ਵੀ ਗੱਲ ਕਰਾਂਗੇ ਪਰ ਇਹ ਸਭ ਦੇ ਵਿੱਚ ਜਿਹੜੀ ਇਹ ਖਬਰ ਹੈ ਕਿ ਪੀਐਮ ਕੌਣ ਕੈਨੇਡਾ ਦਾ ਇਹਦਾ ਫੈਸਲਾ 21 ਤਰੀਕ ਨੂੰ ਆ ਜਾਣਾ ਹੈ 21 ਨੂੰ ਹੀ ਵੋਟਾਂ ਪੈਣੀਆਂ ਉਸੇ ਦਿਨ ਸ਼ਾਮ ਨੂੰ ਗਿਣਤੀ ਹੋਣੀ ਹੈ ਤੇ ਨਾਲ ਹੀ ਨਤੀਜੇ ਲੰਨੇ ਜਾਣੇ ਸੋ 21 21 ਅਕਤੂਬਰ ਨੂੰ ਹੀ ਪਤਾ ਲੱਗ ਜਾਣਾ ਹੈ ਕਿ ਕੈਨੇਡਾ ਦਾ ਪੀਐਮ ਕੌਣ ਬਣਦਾ ਪਰ ਫੇਰ ਉਥੇ ਹੀ ਸਥਿਤੀ ਖੜੀ ਹੈ VOTER ਅਜੇ ਚੁੱਪ ਹੈ ਲੀਡਰ ਚੋਣ ਪ੍ਰਚਾਰ ਕਰਕੇ ਹੁਣ ਥੱਕ ਚੁੱਕੇ ਨੇ ਲਗਭਗ ਤੇ ਉਹਨਾਂ ਨੂੰ ਇੰਤਜ਼ਾਰ ਹੈ ਕਿ 6 ਤਰੀਕ 21 ਆਵੇ ਤੇ ਕੰਮ ਨਿਭੜੇ ਪਰ ਇਹਦੇ ਵਿੱਚ ਜਿਹੜੀ ਸਥਿਤੀ ਪੈਦਾ ਹੋਈ ਸੀ ਉਥੇ ਦੀ ਉਥੇ ਖੜੀ ਹੈ ਕਨਜ਼ਰਵੇਟਿਵ ਤੇ ਲਿਬਰਲ ਚ ਮੁਕਾਬਲਾ ਟਰੂਡੋ ਤੇ ਸ਼ੀਅਰ ਦੇ ਵਿਚਾਲੇ ਪ੍ਰਧਾਨ ਮੰਤਰੀ ਦੀ ਦੌੜ ਤੇ ਜਗਮੀਤ ਸਿੰਘ ਤੇ ਜਗਮੀਤ ਸਿੰਘ ਅਹਿਮ ਭੂਮਿਕਾ ਦੇ ਵਿੱਚ ਨੇ ਜਨਾਬ ਜਗਮੀਤ ਸਿੰਘ ਅਹਿਮ ਰੋਲ ਨਿਭਾ ਸਕਦੇ ਨੇ ਕਿ ਕਿਹਨੂੰ ਬਣਾਉਣਾ ਹੈ ਪ੍ਰਧਾਨ ਮੰਤਰੀ ਇਹਦੀ ਭੂਮਿਕਾ ਦੇ ਵਿੱਚ ਜਗਮੀਤ ਸਿੰਘ ਦੀ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਨੇ ਚਲੋ ਆਪਾਂ ਇਹ ਸਵਾਲ ਦੇ ਨਾਲ ਸਾਰੀ ਗੱਲ ਸ਼ੁਰੂ ਕਰਦੇ ਹਾਂ ਕਿ ਕੈਨੇਡਾ ਦੀ ਨਵੀਂ ਫੈਡਰਲ ਸਰਕਾਰ ਚੁਣੇ ਜਾਣ ਲਈ ਚੋਣ ਪ੍ਰਚਾਰ ਆਪਣੇ ਆਖਰੀ ਸਿਖਰ ਤੇ ਹੈ ਜਦੋਂ ਤੱਕ ਇਹ ਰਿਪੋਰਟ ਤੁਸੀਂ ਆਪਣੇ ਟੀਵੀ ਸਕਰੀਨ ਤੇ ਆਪਣੇ ਕੰਪਿਊਟਰ ਤੇ ਆਪਣੇ ਮੋਬਾਈਲ ਤੇ ਖਬਰਾਂ ਦੀ ਖਬਰ ਦਾ ਪ੍ਰੋਗਰਾਮ ਦੇਖ ਰਹੇ ਹੋਗੇ ਤਦ ਦੋ ਦਿਨ ਇੱਕ ਦਿਨ ਹੀ ਬਚਿਆ ਹੋਏਗਾ ਚੋਣਾਂ 'ਚ ਚਲੋ ਇਸ ਚੋਣ ਪ੍ਰਚਾਰ ਦੌਰਾਨ ਜਿੱਥੇ ਅਗਾਊ ਵੋਟ ਦਾ ਕੰਮ ਆਪਾਂ ਗੱਲ ਕੀਤੀ ਕਿ ਮੁੱਕ ਚੁੱਕਿਆ ਹੈ ਹਾਂ ਉੱਥੇ ਲੋਕਾਂ ਨੇ ਵੱਡੀ ਦਿਲਚਸਪੀ ਦਿਖਾਈ ਉਸ ਦੇ ਵਿੱਚ ਤੇ 21 ਅਕਤੂਬਰ ਨੂੰ ਹੁਣ ਵੋਟਾਂ ਪੈ ਜਾਣੀਆਂ ਜਨਾਬ ਹ ਉਮੀਦ ਹੈ ਕਿ ਉਸ ਦਿਨ ਵੱਡੀਆਂ ਲਾਈਨਾਂ ਲੱਗਣਗੀਆਂ ਲੋਕ ਵੱਡੀ ਗਿਣਤੀ 'ਚ ਬਾਹਰ ਨਿਕਲਣਗੇ ਇਸ ਲਈ ਵੋਲਿੰਗ ਸਟੇਸ਼ਨਾਂ ਦੇ ਉੱਤੇ ਪੂਰੀ ਤਿਆਰੀ ਓਵੇਂ ਕਰ ਲਈ ਗਈ ਹੈ ਪ੍ਰਬੰਧ ਓਵੇਂ ਕਰ ਲਏ ਗਏ ਨੇ ਕਿ ਲੋਕਾਂ ਨੂੰ ਕੰਟਰੋਲ ਰੱਖਣਾ ਹੈ ਤਾਂ ਕਿ ਸਮੇਂ ਸਿਰ ਲੋਕ ਵੋਟ ਪਾ ਕੇ ਬੇਲੇ ਹੋ ਸਕਣ ਇਹ ਸਭ ਦੇ ਨਾਲੇ ਉਸੇ ਦਿਨ ਨਤੀਜੇ ਆ ਜਾਣੇ ਆ ਨਾਲ ਹੀ ਸ਼ਾਮ ਨੂੰ ਸਾਨੂੰ 1 ਅਕਤੂਬਰ ਨੂੰ ਹੀ ਪਤਾ ਲੱਗ ਜਾਣਾ ਕਿ ਕੈਨੇਡਾ ਚ ਕਿਹੜੀ ਪਾਰਟੀ ਸਰਕਾਰ ਬਣ ਰਹੀ ਹੈ ਸਿੱਧੀ ਕਿਸੇ ਇੱਕ ਪਾਰਟੀ ਦੀ ਬਣ ਰਹੀ ਹੈ ਗੱਠਜੋੜ ਸਰਕਾਰ ਬਣ ਰਹੀ ਹੈ ਦਾਅ ਪੇਚ ਕੀ ਚੱਲ ਰਹੇ ਨੇ ਪ੍ਰਧਾਨ ਮੰਤਰੀ ਦਾਅਵੇਦਾਰ ਕੌਣ ਹੈ ਕਿ ਉਹੀ ਬਣੇਗਾ ਤੋਂ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਸਾਨੂੰ 1 ਅਕਤੂਬਰ ਨੂੰ ਮਿਲ ਜਾਣਾ ਫਿਲਹਾਲ ਜੇਕਰ ਸਰਗਰਮੀਆਂ ਨੂੰ ਆਪਾਂ ਦੇਖੀਏ ਤਾਂ ਰਾਜਨੀਤਿਕ ਮਾਹਿਰਾਂ ਦੀ ਜੇਕਰ ਮੈਂ ਗੱਲ ਮੰਨਾਂ ਰਾਜਨੀਤਿਕ ਸਰਗਰਮੀਆਂ ਨੂੰ ਮੈਂ ਜੇਕਰ ਕੋਖਾਂ ਜੇਕਰ ਮੈਂ ਉੱਥੇ ਦੀ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਗੱਲ ਕਰਾਂ ਜਾਂ ਮੇਰੀ ਜਿਨ੍ਹਾਂ ਨਾਲ ਗੱਲ ਹੋਈ ਹੈ ਕੈਨੇਡਾ ਦੇ ਵਿੱਚ ਮੈਂ ਉਸ ਹਵਾਲੇ ਨਾਲ ਆਪਣੀ ਸਾਰੀ ਜਾਣਕਾਰੀ ਇਕੱਤਰ ਕਰਾਂ ਤਾਂ ਉਹ ਸਾਰੇ ਦੇ ਵਿੱਚੋਂ ਨਿਕਲ ਕੇ ਨਿਚੋੜ ਜਿਹੜਾ ਸਾਹਮਣੇ ਆ ਰਿਹਾ ਉਹ ਇਹੋ ਹੈ ਕਿ ਫੈਸਲਾ ਕੁਲ ਜੰਗ ਕੈਨੇਡਾ ਦੀ ਸੱਤਾ ਨੂੰ ਹਾਸਲ ਕਰਨ ਲਈ ਫੈਸਲਾ ਕੁਲ ਜੰਗ ਜੇਕਰ ਹੈ ਤਾਂ ਟਰੂਡੋ ਤੇ ਸ਼ੀਅਰ ਵਿਚਾਲੇ ਆ ਜੀ ਤੇ ਇਸ ਟਰੂਡੋ ਤੇ ਸ਼ੀਅਰ ਦੇ ਵਿੱਚੋਂ ਕੌਣ ਪਹੁੰਚੇਗਾ ਆਟਵਾਚ ਉਥੇ ਸੰਸਦ ਪਬੰਦੇ ਅੰਦਰ ਪ੍ਰਧਾਨ ਮੰਤਰੀ ਬਣ ਲਈ ਤੇ ਕੌਣ ਪ੍ਰਧਾਨ ਮੰਤਰੀ ਬਣਨ ਤੋਂ ਵਾਂਝਾ ਰਹਿ ਜਾਏਗਾ ਇਸ ਦੇ ਵਿੱਚ ਭੂਮਿਕਾ ਜ਼ਿਕਰ ਨਿਵਾ ਸਕਦੇ ਨੇ ਕੋਈ ਤਾਂ ਉਹ ਕਹਿੰਦੇ ਜਗਮੀਤ ਸਿੰਘ ਐਨ ਡੀ ਪੀ ਗ੍ਰੀਨ ਪਾਰਟੀ ਵੀ ਉਸ ਦੇ ਨਾਲ ਚੋਏ ਭੂਮਿਕਾ ਨਿਭਾਉਣ ਦੇ ਲਈ ਗ੍ਰੀਨ ਪਾਰਟੀ ਦਾ ਰੋਹਲ ਵੀ ਆਮ ਰਹਿ ਸਕਦਾ ਪਰ ਜਗਮੀਤ ਸਿੰਘ ਦਾ ਰੋਲ ਐਨ ਡੀ ਪੀ ਦਾ ਰੋਲ ਇਸ ਲਈ ਵੱਡਾ ਮੰਨਿਆ ਜਾ ਰਿਹਾ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਲੀਕ ਖਿੱਚ ਲਈ ਹੈ ਜਗਮੀਤ ਸਿੰਘ ਉਹਨਾਂ ਨੇ ਸੰਕੇਤ ਦੇ ਦਿੱਤਾ ਕਿ ਅਸੀਂ ਨਹੀਂ ਜਾਣ ਵਾਲੇ ਕੰਜ਼ਰਵੇਟਿਵ ਦੇ ਨਾਲ ਅਸੀਂ ਲਿਬਰਲ ਨਾਲ ਜਾਵਾਂਗੇ ਅਸੀਂ ਲਿਬਰਲ ਨੂੰ ਸਮਰਥਨ ਦੇ ਸਕਦੇ ਹਾਂ ਸੋ ਇਸ ਲਈ ਜਗਮੀਤ ਸਿੰਘ ਦਾ ਰੋਲ ਅਹਿਮ ਰਹਿਣ ਵਾਲਾ ਹੈ ਇਸ ਸਭ ਦੇ ਵਿੱਚ ਤੇ ਅਜੇ ਜਦੋਂ ਕਿ ਗ੍ਰੀਨ ਪਾਰਟੀ ਚਾਹੇ ਸੀਟਾਂ ਹੋ ਸਕਦਾ ਐਨਡੀਪੀ ਦੇ ਬਰਾਬਰ ਲੈ ਜਵੇ ਇੱਕ ਦੋ ਵੱਧ ਘੱਟ ਵੀ ਹੋ ਸਕਦੀਆਂ ਪਰ ਫਿਰ ਵੀ ਫਿਰ ਵੀ ਉਸ ਨੇ ਅਜੇ ਤੱਕ ਗ੍ਰੀਨ ਪਾਰਟੀ ਨੇ ਕੋਈ ਆਪਣੇ ਪੱਤੇ ਨਹੀਂ ਖੋਲੇ ਕਿ ਅਸੀਂ ਜੇਕਰ ਚੋਣ ਨਤੀਜਾ ਗੱਠਜੋੜ ਵਾਲੀ ਰੋਲ ਚਾਹੁੰਦਾ ਕਿਸੇ ਨੂੰ ਵੀ ਸਪਸ਼ਟ ਮੂਤ ਨਹੀਂ ਮਿਲਦਾ ਫਿਰ ਅਸੀਂ ਕਿਹੜੇ ਪਾਸੇ ਜਾਵਾਂਗੇ ਸੋ ਇਹ ਸਭ ਦੇ ਦਰਮਿਆਨ ਸ਼ੁੱਕਰਵਾਰ ਤੋਂ ਲੈ ਕੇ ਸੋਮਵਾਰ ਤੱਕ ਪਿਛਲੇ ਹਫਤੇ ਚ ਜਿਹੜੀ ਅਗਾਊਂ ਵੋਟ ਸੀ ਉਹ ਪੈਂਦੀ ਆ ਆ 48 ਲੱਖ ਦੇ ਕਰੀਬ ਵੋਟਰ ਐਡਵਾਂਸ ਦੇ ਵਿੱਚ ਵੋਟਾਂ ਪਾ ਕੇ ਵੇਲੇ ਨੇ ਪਹਿਲਾਂ ਹੀ ਵੋਟਾਂ ਪਾ ਕੇ 48 ਲੱਖ ਦੇ ਕਰੀਬ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਪਿਛਲੀ ਵਾਰ ਨਾਲੋਂ ਵੱਡੀ ਗਿਣਤੀ ਆ 2015 ਦੇ ਵਿੱਚ ਜਿਹੜੀ ਐਡਵਾਂਸ ਪੋਲਿੰਗ ਹੋਈ ਸੀ ਉਹਦੇ ਨਾਲੋਂ 29% ਦੇ ਕਰੀਬ ਲੋਕਾਂ ਨੇ ਵੱਧ ਵੋਟ ਇਸ ਵਾਰ ਐਡਵਾਂਸ ਪੋਲਿੰਗ 'ਚ ਪਾਤੀ ਆ ਤੇ ਇਹਦਾ ਮਤਲਬ ਲੋਕ ਵੱਧ ਉਮੀਦ ਕਰਨਗੇ ਕਿ ਇਸ ਵਾਰ ਅਸੀਂ ਵੱਧ ਵੋਟਾਂ ਪਾਉਣੀਆਂ ਨੇ ਸੋ ਇਹ ਸਭ ਦਰਮਿਆਨ ਚੱਲ ਰਿਹਾ ਹੈ। ਅੱਛਾ ਹੁਣ ਜਿਹੜੀ ਜਿਹੜੀ ਆਪਾਂ ਗੱਲ ਕਰਕੇ ਹਟਿਆ ਜਗਮੀਤ ਸਿੰਘ ਵਾਲੀ। ਤਾਂ ਹੁਣ ਮੈਂ ਉਸ ਗੱਲ ਤੇ ਆਉਣਾ ਜਨਾਬ। ਜਗਮੀਤ ਸਿੰਘ ਨੇ ਤੈਅ ਕਰ ਲਿਆ ਕਿ ਐਨਡੀਓ ਸ਼ੀਅਰ ਦਾ ਰਸਤਾ ਮੈਂ ਰੋਕਣਾ ਪ੍ਰਧਾਨ ਮੰਤਰੀ ਬਣਨ ਤੋਂ ਤੇ ਉਸ ਦਾ ਰਸ ਰੋਕਣ ਲਈ ਜਗਮੀਤ ਸਿੰਘ ਟਰੂਡੋ ਨਾਲ ਹੱਥ ਮਿਲਾ ਸਕਦੇ ਨੇ। ਬਿਲਕੁਲ ਜੀ। ਇਹ ਹੈ ਇਹ ਹੈ ਕੈਨੇਡਾ ਦੇ ਵਿੱਚ ਇੱਕ ਵੱਡਾ ਜਿਹੜਾ ਇਸ ਵਾਰ ਦਾ ਦੇਖਣ ਨੂੰ ਮਿਲ ਰਿਹਾ ਹੈ ਕਿ ਜੇਕਰ ਇਹੋ ਜੀ ਸੁਭਾਵਨਾ ਬਣ ਰਹੀ ਹੈ ਕਿ ਇਹ ਕਨਜ਼ਰਵੇਟਿਵ ਤੇ ਲਿਬਰਲ ਵੱਡੀਆਂ ਪਾਰਟੀਆਂ ਬਣ ਕੇ ਉੱਭਰ ਸਕਦੀਆਂ ਹੋ ਸਕਦਾ ਹੈ ਉਹਨਾਂ ਨੂੰ ਸਪਸ਼ਟ ਬਹੁਮਤ ਕਿਸੇ ਨੂੰ ਨਾ ਮਿਲੇ ਤੇ ਜੇਕਰ ਕਨਜ਼ਰਵੇਟਿਵ ਨੂੰ ਸਪਸ਼ਟ ਬਹੁਮਤ ਮਿਲ ਗਿਆ ਫਿਰ ਲਿਬਰਲ ਦੀ ਤੇ ਐਨਡੀਪੀ ਦੀ ਜਾਂ ਗ੍ਰੀਨ ਪਾਰਟੀ ਦੀ ਕੋਈ ਭੂਮਿਕਾ ਨਹੀਂ ਰਹਿ ਜਾਂਦੀ ਪਰ ਇਸੇ ਤਰ੍ਹਾਂ ਜੇਕਰ ਲਿਬਰਲ ਨੂੰ ਸਪਸ਼ਟ ਬਹੁਮਤ ਮਿਲ ਗਿਆ ਫਿਰ ਵੀ ਐਨਡੀਪੀ ਔਰ ਗ੍ਰੀਨ ਦੀ ਜਾਂ ਕਨਜ਼ਰਵੇਟਿਵ ਦੀ ਕੋਈ ਭੂਮਿਕਾ ਨਹੀਂ ਪਰ ਜੇਕਰ ਕਿਸੇ ਵੀ ਪਾਰਟੀ ਨੂੰ ਖਾਸ ਕਰਕੇ ਦੋ ਮੁਰਲੀਆਂ ਪਾਰਟੀਆਂ ਜਿਹੜੀਆਂ ਲੱਗ ਰਹੀਆਂ ਕਿ ਲਿਬਰਲ ਮੂਰੇ ਜਾ ਸਕਦੀ ਹੈ ਜਾਂ ਕਨਜ਼ਰਵੇਟਿਵ ਮੂਰੇ ਜਾ ਸਕਦੀ ਹੈ ਤਾਂ ਇਸ ਦੇ ਵਿੱਚ ਜੇਕਰ ਇਹ ਦੋਹੇ ਪਾਰਟੀਆਂ ਮੂਰੇ ਦੌੜ ਚ ਜਾਂਦੀਆਂ ਨੇ ਤਾਂ ਪਰ ਸਪਸ਼ਟ ਬਹੁਮਤ ਨਹੀਂ ਹਾਸਲ ਕਰਦੀਆਂ ਫਿਰ ਉੱਥੇ ਜਗਮੀਤ ਸਿੰਘ ਦੀ ਪੁਮਕਾ ਹੈ ਇਸ ਲਈ ਇਹ ਖਬਰ ਹੈ ਅਸਲੀ ਕਿ ਜਗਮੀਤ ਸਿੰਘ ਐਨਡੀਓ ਸੀਅਰ ਦਾ ਰਸਤਾ ਰੋਕਣ ਲਈ ਕਨਜ਼ਰਵੇਟਿਵ ਦਾ ਰਸਤਾ ਰੋਕਣ ਲਈ ਜਸਟਿਨ ਟਰੂਡੋ ਨਾਲ ਹੱਥ ਮਿਲਾ ਸਕਦੇ ਨੇ ਐਨਡੀਪੀ ਲਿਬਰਲ ਨਾਲ ਜਾ ਸਕਦੀ ਹੈ ਇਹ ਹੈ ਵੱਡੀ ਖਬਰ ਜੀ ਬਾਹਰੋਂ ਸਮਰਥਨ ਦੇਣ ਦਾ ਸੰਕੇਤ ਦੇਤਾ ਜਗਮੀਤ ਸਿੰਘ ਨੇ ਜਗਮੀਤ ਸਿੰਘ ਹੋਰਾਂ ਨਾਲ ਜਦੋਂ ਸਾਡੀ ਟੀਮ ਨੇ ਸੰਪਰਕ ਕੀਤਾ ਜਿਹੜੇ ਮੀਡੀਆ ਨਾਲ ਮੈਂ ਲਗਾਤਾਰ ਸੰਪਰਕ ਰੱਖਦਾ ਹਾਂ ਉਹਨਾਂ ਮੀਡੀਆ ਦੇ ਅਧਿਕਾਰੀਆਂ ਨੇ ਮੁਰਲੇ ਸੀਨੀਅਰ ਪੱਤਰਕਾਰਾਂ ਨੇ ਜਦੋਂ ਜਗਮੀ ਸਿੰਘ ਨਾਲ ਸੰਪਰਕ ਕੀਤਾ ਤਾਂ ਉਸ ਸਮੇਂ ਉਹ ਨਿਆਗਰਾ ਫਾਲ ਤੋਂ ਟੋਰਾਂਟੋ ਵੱਲੋਂ ਵਾਪਸ ਆ ਰਹੇ ਸੀ ਆਪਣੀ ਬੱਸ ਦੇ ਵਿੱਚ ਜਿਹੜੀ ਚੋਣ ਪ੍ਰਚਾਰ ਲਈ ਉਹਨਾਂ ਨੇ ਬੱਸ ਤਿਆਰ ਕੀਤੀ ਹੋਈ ਹੈ ਉਸ ਬੱਸ ਤੋਂ ਟੈਲੀਫੋਨ ਹੀ ਉਹਨਾਂ ਦੀ ਗੱਲਬਾਤ ਹੁੰਦੀ ਹੈ ਤੇ ਉਸ ਗੱਲਬਾਤ ਵਿੱਚ ਉਹ ਸਪਸ਼ਟ ਕਹਿੰਦੇ ਨੇ ਕਿ ਮੈਨੂੰ ਬਹੁਤ ਪਿਆਰ ਮਿਲ ਰਿਹਾ ਕੈਨੇਡਾ 'ਚ ਬੜਾ ਮਾਣ-ਸ਼ਾਨ ਧਨਮਾਨ ਮਿਲ ਰਿਹਾ ਬੜੇ ਵੱਡੀ ਗੰਟੀ ਦੇ ਵਿੱਚ ਪਰਵਾਸੀ ਵੀ ਪੰਜਾਬੀ ਵੀ ਭਾਰਤੀ ਮੂਲ ਦੇ ਵੀ ਹੋਰ ਵਿਦੇਸ਼ੀ ਜਿਹੜੇ ਹੋਰ ਵਿਦੇਸ਼ਾਂ ਦੇ ਮੂਲ ਦੇ ਨੇ ਹੋਰ ਦੇਸ਼ਾਂ ਦੇ ਮੂਲ ਦੇ ਨੇ ਉਹ ਵੀ ਜਿੱਥੇ ਵੱਡਾ ਸਾਥ ਦੇ ਰਹੇ ਨੇ ਉੱਥੇ ਕੈਨੇਡੀਅਨ ਵਾਸੀ ਵੀ ਵੱਡਾ ਸਾਥ ਦੇ ਰਹੇ ਨੇ ਵੱਡੀ ਭੂਮਿਕਾ ਨਿਭਾ ਰਹੇ ਨੇ ਮੇਰੇ ਨਾਲ ਤੇ ਇਸ ਲਈ ਬਹੁਤ ਖੁਸ਼ ਨਜ਼ਰ ਆਇਆ ਉਸ ਗੱਲਬਾਤ ਦੇ ਵਿੱਚ ਜਗਮੀ ਸਿੰਘ ਪਰ ਉਹਨਾਂ ਨੂੰ ਜਦੋਂ ਸਵਾਲ ਹੋਇਆ ਕਿ ਤੁਸੀਂ ਕੀ ਤੁਹਾਨੂੰ ਲੱਗਦਾ ਉਹ ਕਹਿੰਦੇ ਬਿਲਕੁਲ ਮੈਂ ਚੌਣ ਪੜ ਚ ਉਤਰਿਆ ਤਾਂ ਮੈਂ ਪ੍ਰਧਾਨ ਮੰਤਰੀ ਬਣਨ ਦੇ ਲਈ ਉਤਰਿਆ ਉਹ ਕਹਿੰਦੇ ਕਿ ਮੇਰਾ ਪਹਿਲਾ ਮਕਸਦ ਹੈ ਐਨਡੀਪੀ ਦੀ ਸਰਕਾਰ ਹੋਵੇ ਤੇ ਮੈਂ ਪ੍ਰਧਾਨ ਮੰਤਰੀ ਬਣਾ ਤਾਂ ਕਿ ਮੈਂ ਲੋਕ ਖਿੱਤਾਂ ਲਈ ਕੰਮ ਕਰ ਸਕਾਂ ਉਹਨਾਂ ਦਾ ਮਕਸਦ ਇੱਥੇ ਖੜਾ ਹੈ ਕਿ ਮੈਂ ਆਪਣੀ ਪਾਰਟੀ ਵੱਲੋਂ ਚੋਣ ਜਿੱਤਾਂ ਤੇ ਲੋਕ ਖਿੱਤਾਂ ਲਈ ਕੰਮ ਕਰਾਂ ਪਰ ਨਾਲ ਹੀ ਜਦੋਂ ਉਹਨਾਂ ਸਾਹਮਣੇ ਸਵਾਲ ਆਉਂਦਾ ਕਿ ਜੇਕਰ ਮੈਂ ਤੁਸੀਂ ਸੱਤਾ 'ਚ ਨਹੀਂ ਆਉਂਦੇ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਕੰਜ਼ਰਵੇਟਿਵ ਤੇ ਲਿਬਰਲ ਉਹ ਸੱਤਾ ਦੀ ਦੋਰ 'ਚ ਤੋਂ ਤੋਂ ਮੂਹਰੇ ਰਹਿ ਜਾਂਦੀਆਂ ਨੇ ਪਰ ਸਪੱਸ਼ਟ ਬਹੁਮਤ ਨਹੀਂ ਹਾਸਲ ਕਰਦੀਆਂ ਫਿਰ ਐਨਡੀਪੀ ਦੀ ਪੰਖਾ ਕੀ ਹੋਏਗੀ ਪਰ ਜਗਮੀ ਸਿੰਘ ਦੀ ਪੰਖਾ ਕੀ ਹੋਏਗੀ ਤਾਂ ਉਹ ਕਹਿੰਦੇ ਠੀਕ ਹੈ ਮੈਂ 6 ਮੁੱਦਿਆਂ ਦੀ ਲਿਸਟ ਬਣਾਈ ਹੈ ਇਹ 6 ਮੁੱਦਿਆਂ ਦੇ ਲਈ ਇਹ ਲੋਕ ਖਿੱਤ ਦੇ ਮੁੱਦੇ ਨੇ ਲੋਕਾਂ ਦੇ ਮੁੱਦੇ ਨੇ ਕੈਨੇਡੀਅਨ ਵਾਸੀਆਂ ਦੇ ਮੁੱਦੇ ਨੇ ਇਹਨਾਂ ਦੇ ਲਈ ਜੇਕਰ ਕੋਈ ਸਾਥ ਦੇਣ ਲਈ ਤਿਆਰਤ ਹੈ ਮੈਂ ਉਹਦੇ ਨਾਲ ਜਾਵਾਂਗਾ ਤੇ ਨਾਲ ਹੀ ਉਹ ਵੀ ਕਹਿੰਦੇ ਨੇ ਕਹਿੰਦੇ ਕਨਜ਼ਰਵੇਟਿਵ ਤੋਂ ਉਮੀਦ ਨਹੀਂ ਕਰ ਸਕਦੇ ਕਿਉਂਕਿ ਜਦੋਂ ਜਦੋਂ ਕਹਿੰਦੇ ਕਨਜ਼ਰਵੇਟਿਵ ਦੀ ਸਰਕਾਰ ਬਣੀ ਤਾਂ ਤਦ ਉਹਨਾਂ ਨੇ ਲੋਕਾਂ ਦੀਆਂ ਸਹੂਲਤਾਂ ਵਿੱਚ ਕਟੌਤੀ ਕੀਤੀ ਹੈ ਲੋਕਾਂ ਦੀਆਂ ਸਹੂਲਤਾਂ ਉੱਤੇ ਕੈਂਚੀ ਫੇਰੀ ਐ ਤੇ ਜਦੋਂ ਜਦੋਂ ਲਿਬਰਲ ਦੀ ਸਰਕਾਰ ਬਣੀ ਐ ਤੇ ਉਹਨੂੰ ਬਾਹਰੋਂ ਸਮਰਥਨ ਦੀ ਲੋੜ ਪਈ ਐ ਤਦ ਤਦ ਐਂਡੀਪੀ ਨੇ ਬਾਹਰੋਂ ਸਮਰਥਨ ਦਿੱਤਾ ਤੇ ਐਂਡੀਪੀ ਨੇ ਬਾਹਰੋਂ ਸਮਰਥਨ ਦੇ ਕੇ ਲਿਬਰਲ ਤੋਂ ਲੋਕ ਹਿੱਤਾਂ ਦੇ ਵਿੱਚ ਬਹੁਤ ਕੰਮ ਕਰਾਏ ਨੇ ਬਹੁਤ ਗੱਲਾਂ ਮਨਾਈਆਂ ਨੇ ਇਸ ਲਈ ਜਗਮੀਤ ਸਿੰਘ ਦਾ ਇਹ ਮੰਨਣਾ ਐ ਕਿ ਅਸੀਂ ਜੇਕਰ ਬਾਹਰੋਂ ਸਮਰਥਨ ਦਵਾਂਗੇ ਤੇ ਆਪਣੀਆਂ ਗੱਲਾਂ ਮਨਾ ਲਵਾਂਗੇ ਉਹਨਾਂ ਨੂੰ ਲੱਗਦਾ ਕਿ ਚਾਹੇ ਜਿਹੜੇ ਉਹ ਮੁੱਦੇ ਲੈ ਕੇ ਚੱਲ ਰਹੇ ਨੇ ਉਹਨਾਂ ਚੋਂ ਸਸਤੇ ਘਰ ਦੀ ਗੱਲ ਕਰਦੇ ਨੇ ਕੈਨੇਡਾ ਦੇ ਵਸਨੀਕਾਂ ਲਈ ਸਸਤੇ ਘਰ ਹੋਣ ਹਾਂ ਉੱਥੇ ਉਹਦੇ ਵਿੱਚੋਂ ਸਸਤੇ ਰੈਂਟ ਵਾਲੇ ਫੋਨ ਦੀ ਗੱਲ ਕਰਦੇ ਨੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਫੀਸ ਦੀ ਗੱਲ ਕਰਦੇ ਨੇ ਬਾਤਾਵਰਨ ਦੀ ਗੱਲ ਕਰਦੇ ਨੇ ਫਾਰਮ ਫਾਰਮਾ ਕੇਅਰ ਦੀ ਗੱਲ ਕਰਦੇ ਨੇ ਇਹਨਾਂ ਮੁੱਦਿਆਂ ਨੂੰ ਲੈ ਕੇ ਜਗਮੀਤ ਸਿੰਘ ਕਹਿੰਦੇ ਮੈਂ ਲਿਸਟ ਬਣਾਈ ਆ ਤੇ ਮੈਂ ਰੱਖਾਂਗਾ ਮੂਰੇ ਤੇ ਇਸ ਲਈ ਉਹਨਾਂ ਨੇ ਕਿਤੇ ਨਾ ਕਿਤੇ ਸਪਸ਼ਟ ਸੰਕੇਤ ਦੇ ਦਿੱਤਾ ਕਿ ਜੇਕਰ ਸਾਨੂੰ ਲੱਗਿਆ ਕਿ ਗੱਠਜੋੜ ਸਰਕਾਰ ਬਣ ਰਹੀ ਆ ਤਾਂ ਐਨਡੀਪੀ ਲਿਬਰਲ ਨਾਲ ਜਾਵੇਗੀ ਜਗਮੀਤ ਸਿੰਘ ਜਸਟਿਨ ਟਰੂਡੋ ਨਾਲ ਜਾਣਗੇ ਸੋ ਇਹ ਵੱਡੀ ਖਬਰ ਪਰ ਇਸ ਬਿਆਨ ਦਾ ਅਸਰ ਇਸ ਟਿੱਪਣੀ ਦਾ ਅਸਰ ਇਸ ਚਰਚਾ ਦਾ ਅਸਰ ਜਦੋਂ ਚੋਣਾਂ ਦੇ ਵਿੱਚ 2 ਤੋਂ 3 ਦਿਨ ਰਹਿੰਦੇ ਹੋਣ ਐਨਡੀਪੀ ਦਾ ਇਹ ਕਹਿਣਾ ਕਿ ਅਸੀਂ ਲਿਬਰਲ ਦੇ ਨਾਲ ਜਾ ਸਕਦੇ ਹਾਂ ਅਸੀਂ ਲਿਬਰਲ ਨੂੰ ਸਮਰਥਨ ਦੇ ਸਕਦੇ ਹਾਂ ਕਿ ਪਾਰਟੀ ਲਈ ਨੁਕਸਾਨ ਤਾਂ ਨਹੀਂ ਹੋ ਸਕਦਾ ਇਹ ਵੀ ਇੱਕ ਸਵਾਲ ਖੜਾ ਹੋ ਗਿਆ। ਰਾਜਨੀਤਿਕ ਮਾਹਰ ਇਸ ਸਵਾਲੇ ਨਾਲ ਵੀ ਦੇਖਣ ਲੱਗੇ ਨੇ ਕਿ ਕਿਤੇ ਇਹਦਾ ਅਸਰ ਸਿੱਧਾ ਹੀ ਇਹ ਤਾਂ ਨਹੀਂ ਹੋਵੇਗਾ ਕਿ ਜਗਮੀਤ ਸਿੰਘ ਚੌਥ ਨਤੀਜੇ ਤੋਂ ਬਾਅਦ ਜਾਣਾਰੇ ਸੋਚ ਰਹੇ ਨੇ ਪਰ ਵੋਟਰ ਪਹਿਲਾਂ ਹੀ ਚਲੇ ਜਾਣ। ਕੀ ਐਨਡੀਪੀ ਦੇ ਕੁਝ ਵੋਟਰ ਟੁੱਟ ਕੇ ਲਿਬਰਲਾਂ ਨਾਲ ਤਾਂ ਨਹੀਂ ਚਲੇ ਜਾਣਗੇ? ਕਿਉਂਕਿ ਪਹਿਲਾਂ ਚਰਚਾ ਇਹੀ ਆਈ ਸੀ ਕਿ ਲਿਬਰਲ ਦੇ ਕੁਝ ਵੋਟਰ ਟੁੱਟ ਕੇ ਐਨਡੀਪੀ ਨਾਲ ਆ ਰਹੇ ਨੇ ਤੇ ਐਨਡੀਪੀ ਨਾਲ ਆਉਣ ਨਾਲ ਉਹਦਾ ਲਿਬਰਲ ਨੂੰ ਨੁਕਸਾਨ ਹੋ ਜਾਣਾ ਤੇ ਉਹਦਾ ਕਨਜ਼ਰਵੇਟਿਵ ਫਾਇਦਾ ਲੈ ਸਕਦੀ ਹੈ। ਕਿ ਇਹ ਸੂਝ ਦੇ ਹਿਸਾਬ ਨਾਲ ਇਸ ਸੋਚ ਨਾਲ ਬਿਆਨਤਾ ਨਹੀਂ ਦਿੱਤਾ ਗਿਆ। ਕਿਤੇ ਪਹਿਲਾਂ ਹੀ ਐਨਡੀਪੀ ਨੇ ਤੈਅ ਤਾਂ ਨਹੀਂ ਕਰ ਲਿਆ ਕਿ ਅਸੀਂ 3 ਤੇ 4 ਨੰਬਰ ਦੀ ਲੜਾਈ ਲੜ ਰਹੇ ਹਾਂ ਤਾਂ ਇਸ ਲਈ ਕਿਉਂ ਨਾ ਟਰੂਡੋ ਨੂੰ ਆਉਣ ਦਿੱਤਾ ਜਾਵੇ ਕਿਉਂਕਿ ਜਗਮੀਤ ਸਿੰਘ ਆਪ ਆਪਣੇ ਬਿਆਨ ਚਾੱਕਦੇ ਨੇ ਕਿ ਕੰਜ਼ਰਵੇਟਿਵ ਸਰਕਾਰ ਜਦੋਂ ਵੀ ਸੱਤਾ ਚਾਹੀ ਆ ਉਹਨੇ ਲੋਕਾਂ ਦੀਆਂ ਸਹੂਲਤਾਂ ਤੇ ਕਟੌਤੀ ਕੀਤੀ ਆ ਤੇ ਜਦੋਂ ਕਿ ਜਿਹੜੀ ਲਿਬਰਲ ਹੈ ਉਹ ਲੋਕ ਹਤੈਸ਼ੀ ਰਹੀ ਆ ਕਿਤਨਾ ਕਿਤੇ ਇਸ ਲਈ ਅਸੀਂ ਉਹਦੇ ਉੱਪਰ ਦਬਾਅ ਬਣਾਵਾਂਗੇ ਤੇ ਤਾਂ ਕਿ ਉਹ ਲੋਕ ਹਿੱਤਾਂ ਲਈ ਜੇ ਸਰਕਾਰ ਬਣਾਉਣਾ ਚਾਹਵੇ ਤਾਂ ਅਸੀਂ ਉਹ ਸਾਥ ਦੇਵਾਂਗੇ ਤਾਂ ਇਸ ਲਈ ਇਹ ਸਾਥ ਜਿਹੜਾ ਚੋਣ ਨਤੀਜਿਆਂ ਤੋਂ ਬਾਅਦ ਦਿੱਤਾ ਜਾਣਾ ਸੀ ਉਸ ਬਾਰੇ ਪਹਿਲਾਂ ਹੀ ਕਹਿ ਬੈਠਣਾ ਤੇ ਕੀ ਇਹਦਾ ਵੋਟਰਾਂ ਤੇ ਅਸਰ ਤਾਂ ਨਹੀਂ ਜਾਏਗਾ ਇਹ ਹੁਣ ਸਵਾਲ ਖੜਾ ਹੁੰਦਾ ਜਾ ਰਿਹਾ ਹੈ ਕਿ ਜਗਮੀ ਸਿੰਘ ਦਾ ਇਹ ਚਰਚਾ ਜਿਹੜੀ ਛੇੜ ਦਿੱਤੀ ਹੈ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਕਿਤੇ ਇਹ ਨਾ ਹੋਵੇ ਕਿ ਐਨਡੀਪੀ ਦੇ ਵੋਟਰ ਲਿਬਰਲ ਨਾਲ ਚਲੇ ਜਾਣ ਜਾਂ ਲਿਬਰਲ ਦੇ ਜਿਹੜੇ ਵੋਟਰ ਟੁੱਟ ਕੇ ਐਨਡੀਪੀ ਨਾਲ ਆਉਣਾ ਚਾਹੁੰਦੇ ਸੀ ਜਿਹੜੇ ਇਸ ਵਾਰ ਐਨਡੀਪੀ ਨੂੰ ਵੋਟ ਪਾਉਣਾ ਚਾਹੁੰਦੇ ਸੀ ਕਿਤੇ ਉਹ ਬਾਪਸ ਲਿਬਰਲ ਕੋਲਤਨੀ ਚਲੇ ਜਾਣਗੇ ਇਹ ਆਪਣੇ ਆਪ ਦੇ ਵਿੱਚ ਸਵਾਲ ਖੜਾ ਹੋ ਗਿਆ ਤੇ ਇਸ ਨਾਲ ਜੁੜੇ ਮਸਲੇ ਹੋਰ ਵੀ ਨੇ ਜਗਮੀਤ ਸਿੰਘ ਜਿੱਥੇ ਭਾਰਤ ਨਾਲ ਦੋਸਤਾਨਾ ਸਬੰਧ ਦੀ ਗੱਲ ਕਰਦੇ ਨੇ ਉੱਥੇ ਇਸ ਵਾਰ ਜਿਹੜੇ ਐਨ ਆਰ ਆਈਜ਼ ਵੋਟਰ ਨੇ ਉਹਨਾਂ ਦਾ ਝੁਕਾਅ ਜਿਵੇਂ ਲਿਬਰਲ ਵੱਲ ਹੋ ਰਿਹਾ ਪਰ ਪੰਜਾਬੀਆਂ ਦੀ ਵੋਟ ਜਿਵੇਂ ਇਸ ਵਾਰ ਤਿੰਨ ਪਾਰਟੀਆਂ 'ਚ ਵੰਡੀ ਜਾ ਰਹੀ ਹੈ ਇਹ ਸਾਰਾ ਵੀ ਚਰਚਾ ਕਰਾਂਗੇ ਤੇ ਤੁਸੀਂ ਖਾਸ ਕਰਕੇ ਬਰਾਕ ਆਵਾਮਾ ਦਾ ਬਿਆਨ ਕਿਉਂ ਕਿ ਉਹ ਸਮਰਥਨ ਦੇਣ ਜਾਣਾਰੇ ਨੇ ਉਹਨਾਂ ਨੇ ਵੀ ਆਪਣਾ ਸਪਸ਼ਟ ਬਿਆਨ ਦਿੱਤਾ ਸੋ ਇਹ ਵੀ ਜਾਣਨ ਲਈ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਬਸ ਛੋਟੀ ਜੀ ਬ੍ਰੇਕ ਹੁਣੇ ਗਏ ਤੇ ਹੁਣੇ ਆਏ ਤੁਸੀਂ ਜੁੜੇ ਰਹੋ ਵਿਜ਼ਨ ਪੰਜਾਬ ਟੀਵੀ ਦੇ ਨਾਲ ਬੀਜ਼ਨ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਖਬਰਾਂ ਦੀ ਖਬਰ ਵਿੱਚ ਸਵਾਗਤ ਹੈ ਜੀ ਕੈਨੇਡਾ ਦੀਆਂ ਚੋਣਾਂ 21 ਤਰੀਕ ਨੂੰ ਨੇ ਨਵੀਂ ਫੈਡਰਲ ਸਰਕਾਰ ਚੁਣੀ ਜਾਣੀ ਹੈ ਤੇ 22 ਅਕਤੂਬਰ ਨੂੰ ਉਸੇ ਦੇ ਨਤੀਜੇ ਆ ਜਾਣੇ ਤੇ ਇਸ ਦਰਮਿਆਨ ਖਬਰ ਆ ਰਹੀ ਹੈ ਕਿ ਜਗਮੀਤ ਸਿੰਘ ਹੋਰਾਂ ਨੇ ਜਿਹੜੀ ਸਾਡੀ ਮੀਡੀਆ ਟੀਮ ਦੇ ਨਾਲ ਗੱਲਬਾਤ ਕੀਤੀ ਆ ਸਾਡੇ ਜਿਹੜੇ ਅਦਾਰਿਆਂ ਨਾਲ ਮੈਂ ਸੰਬੰਧ ਰੱਖਦਾ ਉਹ ਅਦਾਰਿਆਂ ਦੇ ਵੱਡੇ ਪੱਤਰਕਾਰ ਨਾਲ ਜਦੋਂ ਗੱਲਬਾਤ ਕੀਤੀ ਫੋਨ ਤੇ ਤਾਂ ਉਹਨਾਂ ਨੇ ਸਪਸ਼ਟ ਕਿਹਾ ਕਿ ਅਸੀਂ ਐਨਡੀਓ ਸੀਅਰ ਨੂੰ ਰੋਕਣ ਲਈ ਟਰੂਡੋ ਨਾਲ ਜਾ ਸਕਦੇ ਹਾਂ ਟਰੂਡੋ ਨੂੰ ਲਿਬਰਲ ਨੂੰ ਬਾਹਰੋਂ ਸਮਰਥਨ ਦੇ ਸਕਦੇ ਆ ਤੇ ਹੁਣ ਇਹਦੇ ਕੀ ਜਗਮੀਤ ਨੂੰ ਫਾਇਦੇ ਹੁੰਦੇ ਨੇ ਕੀ ਨੁਕਸਾਨ ਹੁੰਦੇ ਨੇ ਪਰ ਇਸ ਦਰਮਿਆਨ ਜਗਮੀਤ ਸਿੰਘ ਸਾਫ਼ ਕਹਿੰਦੇ ਨੇ ਕਿ ਜੇਕਰ ਮੈਨੂੰ ਤੋਂ ਸਮਰਥਨ ਲੈਣਾ ਤਾਂ ਲੋਕ ਖਿੱਤੇ ਦੇ ਇਹ 6 ਵਾਦੇ ਪੂਰੇ ਕਰਨੇ ਪੈਣਗੇ ਪਰ ਮੈਂ ਚੌਣ ਪੇਟ ਵਿੱਚ ਪ੍ਰਧਾਨ ਮੰਤਰੀ ਬਣਨ ਉਤਰਿਆ ਤੇ ਮੈਨੂੰ ਪਿਆਰ ਮਿਲ ਰਿਹਾ ਤੇ ਜਗਮੀਤ ਸਿੰਘ ਭਾਰਤ ਨਾਲ ਵੀ ਦੋਸਤਾਨਾ ਸਬੰਧ ਚਾਹੁੰਦੇ ਨੇ ਉਹ ਕਹਿੰਦੇ ਦੋਸਤ ਉਹੀ ਹੁੰਦਾ ਜਿਹੜਾ ਗਲਤ ਨੂੰ ਗਲਤ ਤੇ ਠੀਕ ਨੂੰ ਠੀਕ ਕਹਿਣ ਦਾ ਦਮ ਰੱਖਦਾ ਹੋਵੇ ਸੋ ਮੈਂ ਭਾਰਤ ਦੀ ਸਰਕਾਰ ਨਾਲ ਦੋਸਤਾਨਾ ਸਬੰਧ ਚਾਹੁੰਨਾ ਮੈਂ ਚਾਹੁੰਨਾ ਕਿ ਜੇਕਰ ਮੈਂ ਪ੍ਰਧ ਤਾਂ ਮੈਂ ਭਾਰਤ ਨਾਲ ਭਾਰਤੀ ਸਰਕਾਰ ਨਾਲ رابطہ ਰੱਖਾਂ ਤਾਂ ਕਿ ਦੋਵੇਂ ਮੁਲਕਾਂ ਦੇ ਵਿੱਚ ਸਾਂਝ ਹੋਰ ਗੁੜੀ ਹੋਵੇ ਪਰ ਉਹ ਨਾਲੇ ਕਹਿੰਦੇ ਨੇ ਕਿ ਜਿਹੜੀ ਗੱਲ ਗਲਤ ਹੈ ਉਹਨੂੰ ਮੈਂ ਟੋਕਾਂਗਾ ਜੇ ਕਸ਼ਮੀਰ ਦੀ ਗੱਲ ਹੈ ਤਾਂ ਮੈਂ ਉਹਦਾ ਵਿਰੋਧ ਕੀਤਾ ਕਸ਼ਮੀਰ ਦੇ ਮਸਲੇ ਦੇ ਉੱਤੇ ਉਹ ਕਹਿੰਦੇ ਕਿ ਮੈਂ ਪ੍ਰਸ਼ੰਸਾ ਜਿੱਥੇ ਕਰਦਾ ਉੱਥੇ ਮੈਂ ਗਲਤੀ ਦੀ ਆਲੋਚਨਾ ਵੀ ਕਰਦਾ ਕਸ਼ਮੀਰ ਮੁੱਦੇ ਤੇ ਜਗਮੀ ਸਿੰਘ ਨੇ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਸੀ ਉਹਨਾਂ ਕਿਹਾ ਸੀ ਕਿ ਉੱਥੇ ਠੀਕ ਨਹੀਂ ਕੀਤਾ ਗਿਆ ਸੋ ਇਸ ਲਈ ਉਹ ਕਹਿੰਦੇ ਕਿ ਦੋਸਤ ਉਹੀ ਹੁੰਦਾ ਜਿਹੜਾ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦਾ ਦਮ ਰੱਖਦਾ ਹੋਵੇ ਇਸ ਲਈ ਉਹਨਾਂ ਨੇ ਕਿਹਾ ਕਿ ਮੈਂ ਭਾਰਤ ਨਾਲ ਦੋਸਤਾਨਾ ਸਬੰਧ ਚਾਹਾਂਗਾ ਜੇਕਰ ਮੈਂ ਸੱਤਾ ਵਿੱਚ ਚਉਣਾ ਚਲੋ ਨਾਲੇ ਜਗਮੀ ਸਿੰਘ ਨੇ ਸਪਸ਼ਟ ਵੀ ਆਖਿਆ ਕਿ ਮੈਂ ਹਿੰਸਾ ਦਾ ਸਖਤ ਵਿਰੋਧੀ ਹਾਂ ਮੈਂ ਹਿੰਸਾ ਦੇ ਹੱਕ ਵਿੱਚ ਨਹੀਂ ਹਾਂ ਉਹਨਾਂ ਨੇ ਕਿਹਾ ਕਿ ਸ਼ਾਂਤੀਪੂਰਵਕ ਹੌਸਲੇ ਤੇ ਡਿਡਤਾ ਨਾਲ ਅੱਗੇ ਵਧਣ ਦੀ ਮੇਰੀ ਕੋਸ਼ਿਸ਼ ਹੈ ਮੇਰੀ ਮਨਸ਼ਾਏ ਹੋ ਹੈ ਪਰ ਉਹਨਾਂ ਨੇ ਨਾਲ ਹੀ ਕੈਨੇਡਾ ਦੇ ਅਰਬ ਪਤੀਆਂ ਨੂੰ ਜ਼ਰੂਰ ਚੁੰਡੀ ਪੜ ਦਿੱਤੀ ਉਹ ਕਹਿੰਦੇ ਕਿ ਮੈਂ ਲੋਕਾਂ ਦੀਆਂ ਸਹੂਲਤਾਂ 'ਚ ਕਟੌਤੀ ਨਹੀਂ ਚਾਹੁੰਦਾ ਮੈਂ ਲੋਕਾਂ ਨੂੰ ਵੱਧ ਸਹੂਲਤਾਂ ਦੇਣੀਆਂ ਚਾਹੁੰਦਾ ਆ ਆਮ ਨਾਗਰਿਕ ਨੂੰ ਕੈਨੇਡਾ ਦੇ ਆਮ ਕੈਨੇਡਾ ਵਾਸੀਆਂ ਨੂੰ ਚਾਹੇ ਉਹ ਉੱਥੇ ਦੇ ਮੂਲ ਵਾਸੀ ਨੇ ਚਾਹੇ ਉਹ ਪ੍ਰਵਾਸੀ ਨੇ ਚਾਹੇ ਉਹ ਰਿਫਿਊਜੀ ਨੇ ਉਹਨਾਂ ਸਾਰਿਆਂ ਲਈ ਮੈਂ ਸਹੂਲਤਾਂ ਲਈ ਤਿਆਰ ਰਹਾਂਗਾ ਪਰ ਨਾਲ ਹੀ ਜਿਹੜੇ ਅਰਬਾਂ ਪਤੀ ਨੇ ਕੈਨੇਡਾ ਦੇ ਅਰਬਾਂ ਪਤੀ ਕਰੀਬ-ਕਰੀਬ 2 ਕੋ 1000 ਲੋਕ ਨੇ 2 ਕੋ 1000 ਲੋਕ ਨੇ ਪੂਰੇ ਮੁਲਕ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੇ ਅਰਬਾਂ ਪਤੀ ਨੇ ਉਹ ਕਹਿੰਦੇ ਉਹਨਾਂ ਦੇ ਉੱਤੇ ਇੱਕ ਵਿੱਥਰ ਦੀ ਟੈਕਸ ਜ਼ਿਆਦਾ ਲਾਵਾਂਗੇ ਇੱਕ ਪੀਸਾ ਦੀ ਟੈਕਸ ਜ਼ਿਆਦਾ ਲਾਉਣੇ ਨਾਲ ਕਹਿੰਦੇ 70 ਅਰਬ ਡਾਲਰ ਤੋਂ ਬਾਅਦ ਖਜ਼ਾਨੇ 'ਚ ਪੈਸਾ ਆਉਣਾ ਜਿਸ ਦੇ ਨਾਲ ਪੂਰੇ ਮੁਲਕ ਦੇ ਵਿੱਚ ਹੋਰ ਵਿਕਾਸੇ ਕੰਮ ਕੀਤੇ ਜਾ ਸਕਦੇ ਨੇ ਸੋ ਜੇ ਇਹ ਸਖਤ ਫੈਸਲੇ ਲੈਣ ਦੀ ਵੀ ਤਿਆਰੀ ਕਰੀ ਬੈਠੇ ਨੇ ਪਰ ਹੁਣ ਫੈਸਲਾ ਕੈਨੇਡਾ ਨੇ ਲੈਣਾ ਜਿਵੇਂ ਕਿ ਚਰਚਾ ਇਹ ਹੋਇਆ ਕਿ ਮੁਕਾਬਲਾ ਟਰੂਡੋ ਤੇ ਐਂਡੀਓ ਸੀਅਰ ਦੇ ਵਿੱਚ ਹੈ ਜਗਮੀਤ ਸਿੰਘ ਤਾਂ ਜਿੱਥਾਰ ਦੇ ਵਿੱਚ ਭੂਮਿਕਾ ਨਿਭਾ ਸਕਦੇ ਨੇ ਪਰ ਫਿਰ ਵੀ ਚਰਚਾ ਬਹੁਤ ਆ ਜਗਮੀਤ ਸਿੰਘ ਦੀ ਪੰਜਾਬੀ ਮੂਲ ਦਾ ਤੇ ਪੰਜਾਬੀ ਜਿੱਥੇ ਜਾਂਦੇ ਨੇ ਚਰਚਾ ਆਪਣੀ ਕਰਾਈ ਲੈਂਦੇ ਨੇ ਚਲੋ ਹੁਣ ਆਪਾਂ ਉਸ ਮਸਲੇ ਤੇ ਆ ਜਾਈਏ ਜਿਹੜੀ ਆਪਾਂ ਵੋਟਾਂ ਵੰਡਣ ਬਿਲਕੁਲ ਜੀ ਕੈਨੇਡਾ ਦੇ ਵਿੱਚ ਜਿਹੜੇ ਵੱਖ-ਵੱਖ ਮੁਲਕਾਂ ਤੋਂ ਆਏ ਹੋਏ ਐਨ ਆਰ ਆਈਜ਼ ਨੇ ਪ੍ਰਵਾਸੀ ਨੇ ਜਾਂ ਆਪਾਂ ਇਹ ਕਹੀਏ ਕਿ ਜਿਹੜੇ ਰਿਫਿਊਜੀ ਨੇ ਉੱਥੇ ਕੁਝ ਜਿਹੜੇ ਗੈਰਕਾਨੂੰਨੀ ਟੰਗ ਨਾਲ ਜਾਂ ਹਾਂ ਇਦਾਂ ਫੜੇ ਜਾਂਦੇ ਨੇ ਫਿਰ ਉੱਥੇ ਸੈਟਲ ਹੁੰਦੇ ਨੇ ਉਹ ਲੋਕ ਉਹ ਲੋਕਾਂ ਦੀ ਚਾਹਤ ਇਹ ਹੋਇਆ ਕਿ ਲਿਬਰਲ ਦੀ ਸਰਕਾਰ ਬਣ ਜਾਵੇ ਉਹਨਾਂ ਨੂੰ ਲੱਗਦਾ ਕਿ ਲਿਬਰਲ ਇਮੀਗ੍ਰੇਸ਼ਨ ਪੱਖੀ ਹੈ ਰਿਫਿਊਜੀ ਪਰ ਪੱਖੀ ਹੈ ਬਾਹਰੋਂ ਵੱਧ ਵਿਦਿਆਰਥੀਆਂ ਨੂੰ ਵੱਧ ਲੋਕਾਂ ਨੂੰ ਬੁਲਾਉਣ ਦੇ ਵਿੱਚ ਪੱਖੀ ਹੈ ਪਰ ਕਨਜ਼ਰਵੇਟਿਵ ਇਹ ਗੱਲਾਂ 'ਚ ਕਟੋਤੀ ਕਰ ਸਕਦੀ ਹੈ। ਕਨਜ਼ਰਵੇਟਿਵ ਇਹ ਤੇ ਰੋਕ ਲਾ ਸਕਦੀ ਹੈ। ਇਸ ਲਈ ਉਹ ਲੋਕ ਉਹਨਾਂ ਦਾ ਚੁਕਾ ਥੋੜਾ ਜਿਹਾ ਕਨਜ਼ਰਵੇਟਿਵ ਤੇ ਐਨਡੀਪੀ ਨਾਲੋਂ ਜਾਂ ਗ੍ਰੀਨ ਪਾਰਟੀ ਨਾਲੋਂ ਲਿਬਰਲ ਵੱਲ ਵੱਧਦਾ ਹੈ, ਟਰੂਡੋ ਵੱਲ ਵੱਧਦਾ ਹੈ। ਪਰ ਦੋਵੇਂ ਪਾਸੇ ਪੰਜਾਬੀ ਪਾਈਚਾਰਾ ਇਸ ਵਾਰ ਤਿੰਨੇ ਪਾਰਟੀਆਂ 'ਚ ਵੰਡਿਆ ਹੋਇਆ। ਇੱਕ ਤਾਂ ਟਿਕਟਾਂ ਸਾਰਿਆਂ ਬੱਸ ਉਹ ਲਈਆਂ। ਲਿਬਰਲ ਨੇ ਵੱਧ ਦਿੱਤੀਆਂ, ਉਹ ਤੋਂ ਬਾਅਦ ਐਨਡੀਪੀ ਨੇ ਵੀ ਦਿੱਤੀਆਂ, ਉਹ ਤੋਂ ਬਾਅਦ ਗ੍ਰੀਨ ਨੇ ਵੀ ਦਿੱਤੀਆਂ, ਜਦਕਿ ਕਨਜ਼ਰਵੇਟਿਵ ਨੇ ਵੀ ਟਿਕਟਾਂ ਦਿੱਤੀਆਂ। ਇਸ ਲਈ ਜਿੱਥੇ ਪੰਜਾਬੀਆਂ ਦਾ ਸਬੰਧ ਲਿਬਰਲ ਨਾਲ ਹੈ ਜਿੱਥੇ ਪੰਜਾਬੀਆਂ ਦਾ ਸਬੰਧ ਐਨਡੀਪੀ ਨਾਲ ਹੈ ਉੱਥੇ ਪੰਜਾਬੀਆਂ ਦਾ ਸਬੰਧ ਕੰਜ਼ਰਵੇਟਿਵ ਤੇ ਗ੍ਰੀਨ ਨਾਲ ਵੀ ਹੈ ਸੋ ਇਸ ਵਾਰ ਪੰਜਾਬੀਆਂ ਦੀਆਂ ਵੋਟਾਂ ਸਿੱਧੇ ਰੂਪ ਵਿੱਚ ਤਿੰਨ ਤਿੰਨ ਪਾਰਟੀਆਂ ਦਾ ਵੰਡੀਆਂ ਹੀ ਜਾਣੀਆਂ ਥੋੜੀਆਂ ਬਹੁਤ ਗ੍ਰੀਨ ਨੂੰ ਜਾ ਸਕਦੀਆਂ ਪਰ ਇੰਨੀਆਂ ਨਹੀਂ ਗ੍ਰੀਨ ਦੇ ਵਾਲੇ ਗ੍ਰੀਨ ਪਾਰਟੀ ਵਾਲੇ ਪੱਖ 쪽 ਨੂੰ ਪੰਜਾਬੀ ਸ਼ਾਇਦ ਘਟ ਨੇ ਪਰ ਲਿਬਰਲ ਕੰਜ਼ਰਵੇਟਿਵ ਤੇ ਐਨਡੀਪੀ ਇਹਨਾਂ ਤਿੰਨਾਂ ਦੇ ਵਿੱਚ ਪੰਜਾਬੀਆਂ ਦੀ ਵੋਟ ਤਾਂ ਵੰਡੀ ਹੋ ਜਾਣੀ ਹੈ ਜੀ ਗੱਲ ਉੱਥੇ ਆ ਕੇ ਖੜੀ ਆ ਕਿ ਪੰਜਾਬੀਆਂ ਦੀ ਪਸੰਦ ਟਰੂਡੋ ਨੇ ਮੂਲ ਕੈਨੇਡੀਅਨ ਵਾਸੀਆਂ ਦੀ ਪਸੰਦ ਜਿਹੜੀ ਦੋਰੀ ਅੱਛਾ ਹੁਣ ਇਹਦੇ ਵਿੱਚ ਜਿਹੜੇ ਕੈਨੇਡਾ ਦੇ ਮੂਲ ਵਾਸੀ ਨੇ ਉਹਨਾਂ ਦੀ ਟਰੂਡੋ ਨੂੰ ਲੈ ਕੇ ਸੋਚ ਦੋਰੀ ਆ ਕੁਝ ਲੋਕ ਤਾਂ ਇਹ ਗੱਲ ਨੂੰ ਮੰਨਦੇ ਨੇ ਕਿ ਟਰੂਡੋ ਨੇ ਕੰਮ ਕੀਤੇ ਨੇ ਚੰਗੇ ਕੰਮ ਕੀਤੇ ਨੇ ਚੰਗੀ ਕੋਸ਼ਿਸ਼ ਕਰਦੇ ਨੇ ਇਸ ਲਈ ਅਸੀਂ ਖੁਸ਼ ਆ ਪਰ ਕੁਝ ਕੈਨੇਡੀਅਨ ਵਾਸੀ ਜਿਹੜੇ ਮੂਲ ਕੈਨੇਡਾ ਦੇ ਵੋਟਰ ਨੇ ਮੂਲ ਕੈਨੇਡੀਅਨ ਵਾਸੀ ਨੇ ਉਹ ਟਰੂਡੋ ਤੋਂ ਇਸ ਗੱਲੋਂ ਇਮੀਗ੍ਰੇਸ਼ਨ ਵਾਲੀਆਂ ਨੀਤੀਆਂ ਕਰ ਕੇ ਤੜਾ ਤਰ ਬਾਹਰ ਲਿਆਂ ਨੂੰ ਬੁਲਾਈ ਜਾਂਦਾ ਹੈ ਤਾਂ ਜਾਂ ਰੈਫਿਊਜੀ ਨੀਤੀਆਂ ਕਰ ਵੋਟਰ ਨਰਾਜ਼ ਵੀ ਨੇ ਸੋ ਉਹਦਾ ਉਹ ਵੋਟਰ ਕਿੱਧਰ ਜਾਂਦਾ ਕਿ ਉਹ ਗ੍ਰੀਨ ਪਾਰਟੀ ਕੋਲ ਜਾਂਦਾ ਕਿ ਉਹ ਐਨਡੀਪੀ ਕੋਲ ਜਾਂਦਾ ਕਿ ਉਹ ਕਨਜ਼ਰਵੇਟਿਵ ਕੋਲ ਜਾਂਦਾ ਗ੍ਰੀਨ ਪਾਰਟੀ ਦੀ ਸਥਿਤੀ ਆ ਤਾਂ ਥੋੜਾ ਬਹੁਤ ਵੋਟ ਉਹਦੇ ਕੋਲ ਜਾ ਸਕਦਾ ਪਰ ਐਨਡੀਪੀ ਕੋਲ ਆਉਣ ਦੀ ਫਿਰ ਇਹ ਵੋਟ ਦੀ ਘੱਟ ਚਾਂਸ ਹੈ ਜਿਹੜਾ ਇਸ ਗੱਲੋਂ ਨਰਾਜ਼ ਹੈ ਕਿ ਤੁਸੀਂ ਰਿਫਿਊਜੀਆ ਨੂੰ ਵੱਧ ਮੌਕੇ ਦੇ ਰਹੇ ਹੋ ਤੁਸੀਂ ਇਮੀਗ੍ਰੇਸ਼ਨ ਦੇ ਨਾਤੇ ਵੱਧ ਵਿਦਿਆਰਥੀਆਂ ਨੂੰ ਵੱਧ ਵਰਕਰਾਂ ਨੂੰ ਵੱਧ ਲੇਬਰ ਨੂੰ ਬੁਲਾ ਰਹੇ ਹੋ ਪਰਿਵਾਰ ਦੇ ਪਰਿਵਾਰ ਤੁਸੀਂ ਉੱਥੇ ਪੂਰੀ ਬੁਲਾ ਰਹੇ ਹੋ ਤਾਂ ਇਸ ਲਈ ਜਿਹੜਾ ਇਸ ਗੱਲੋਂ ਨਾਰਾਜ਼ ਹੋ ਕੇ ਕੈਨੇਡੀਅਨ ਮੂਲ ਦਾ ਵੋਟਰ ਲਿਬਰਲ ਤੋਂ ਟੁੱਟੇਗਾ ਉਹ ਐਨਡੀਪੀ ਨਾਲ ਜਾਣ ਦੇ ਚਾਹਤ ਸੀ ਕਿਉਂਕਿ ਉੱਥੇ ਵੀ ਜਿਹੜਾ ਪੰਜਾਬੀ ਮੂਲ ਦਾ ਨੁਮਾਇੰਦਾ ਹੈ ਉਹਨਾਂ ਨੂੰ ਲੱਗਦਾ ਕਿ ਇਹ ਵੀ ਤਾਂ ਬਾਹਰੋਂ ਆਇਆ ਨੁਮਾਇੰਦਾ ਸੋ ਇਸ ਲਈ ਉਹ ਵੋਟਰ ਕਿਤੇ ਨਾ ਕਿਤੇ ਕਨਜ਼ਰਵੇਟਿਵ ਵੱਲ ਜਾ ਸਕਦਾ ਹੈ ਇਹ ਚੁਣੌਤੀ ਲਿਬਰਲ ਲਈ ਵੀ ਹੈ ਇਹ ਚੁਣੌਤੀ ਐਨਡੀਪੀ ਲਈ ਵੀ ਹੈ ਸੋ ਇਹ ਸਾਰੇ ਮਸਲੇ ਦੇ ਨਾਲ ਨਾਲ ਉੱਥੇ ਮੁੱਖ ਮੁਕਾਬਲੇ 'ਚ ਫਿਰ ਵੀ ਲਿਬਰਲ ਤੇ ਕਨਜ਼ਰਵੇਟਿਵ ਨੇ ਐਨਡੀਪੀ ਦੇ ਹਿੱਸੇ ਵੀ ਕੁਝ ਵੋਟਾਂ ਆਉਣੀਆਂ ਨੇ ਤਾਂ ਪੰਜਾਬੀ ਵੋਟਾਂ ਲਿਬਰਲ ਕਨਜ਼ਰਵੇਟਿਵ ਤੇ ਐਨਡੀ ਵਿੱਚ ਵੰਡੀਆਂ ਜਾਣੀਆਂ ਨੇ ਕੌਣ ਪੀੜ ਆਖਰੀ ਦੌੜ ਦੇ ਵਿੱਚ ਹੈ ਦੋ ਕੋ ਤਿੰਨ ਬੱਚੇ ਨੇ ਪਰ ਇਹ ਪਹਿਲੀ ਵਾਰ ਹੈ ਕਿ ਨੌਜਵਾਨ ਪੀੜੀ ਬਿਲਕੁਲ ਉੱਥੇ ਸਾਇਲੈਂਟ ਹੈ ਕਿ ਉਹਨੂੰ ਵੋਟ ਕਿਨੂੰ ਪਾਉਣੀ ਹੈ ਕਿਉਂਕਿ ਨੌਜਵਾਨ ਵੋਟਰ ਚਾਹੇ ਉਹ ਕੈਨੇਡਾ ਦਾ ਹੈ ਚਾਹੇ ਉਹ ਪੰਜਾਬ ਦਾ ਹੈ ਚਾਹੇ ਉਹ ਭਾਰਤ ਦਾ ਹੈ ਇਹ ਉਹ ਪੱਕੇ ਨਹੀਂ ਜੁੜੇ ਹੋਏ ਜਿਵੇਂ ਅੱਗੇ ਬਜ਼ੁਰਗਾਂ ਨੇ ਪੱਕਾ ਧਾਰ ਲਿਆ ਸੀ ਕਿ ਜਿਹਨੇ ਤੱਕੜੀ ਤੇ ਵੋਟ ਲਾਉਣੀ ਉਹਨੇ ਤੱਕੜੀ ਤੇ ਲਾਉਣੀ ਆ ਜਿਹਨੇ ਪੰਜੇ ਤੇ ਲਾਉਣੀ ਆ ਪੰਜੇ ਤੇ ਲਾਉਣੀ ਆ ਲਾਣੇਦਾਰ ਨੇ ਜਿਹੜੇ پارٹی ਨੂੰ ਵੋਟ ਪਾਉਣ ਲਈ ਕਹੇਤਾ ਸਾਰਾ ਟੱਬਰ ਉਸੇ ਨੂੰ ਅੱਖਾਂ ਵਿੱਚ ਕੇ ਵੋਟ ਪਾਏ ਹੁੰਦਾ ਸੀ ਹੁਣ ਇਹ ਰੀਤ ਟੁੱਟ ਚੁੱਕੀ ਆ ਨੌਜਵਾਨ ਮੌਕਾ ਦੇਖ ਕੇ ਲੀਡਰ ਦੇਖ ਕੇ ਪਾਰਟੀ ਦੇਖ ਕੇ ਨੀਤੀਆਂ ਦੇਖ ਕੇ ਫਿਰ ਵੋਟ ਪਾਉਂਦੇ ਨੇ ਇਹ ਹੁਣ ਪਰਿਵਾਰਵਾਦ ਵਾਲੀ ਗੱਲ ਕਿ ਸਾਡਾ ਪੁਰਾਣਾ ਪਰਿਵਾਰ ਤਾਂ ਸਾਰਾ ਹੀ ਅਕਾਲੀ ਚੱਲਿਆ ਹੁੰਦਾ ਜੀ ਸਾਡਾ ਸਾਰਾ ਪੁਰਾਣਾ ਪਰਿਵਾਰ ਤਾਂ ਸੰਗੀ ਚੱਲਿਆ ਹੁੰਦਾ ਜੀ ਸਾਡਾ ਪਰਿਵਾਰ ਤਾਂ ਸਾਰਾ ਹੀ ਕਾਂਗਰਸੀ ਹੈ ਜੀ ਇਹ ਦੇਖ ਕੇ ਹੁਣ ਵੋਟਾਂ ਨਹੀਂ ਪੈਂਦੀਆਂ ਸੋ ਕੈਨੇਡਾ ਦੇ ਵਿੱਚ ਵੀ ਜਿਹੜੀ ਸਰਵੇ ਰਿਪੋਰਟਾਂ ਨਿਕਲ ਕੇ ਆ ਰਹੀਆਂ ਨੇ ਕਿ ਕੈਨੇਡਾ ਦੇ ਜਿਹੜੇ ਨੌਜਵਾਨ ਵੋਟਰ ਨੇ ਉਹ ਵੋਟਰ ਸਾਈਲੈਂਟ ਨੇ ਮੂਲ ਤੌਰ ਸਾਰਾ ਹੀ ਜ਼ਿਆਦਾਤਰ ਵੋਟਰ ਚੁੱਪ ਹੈ ਇਸ ਵਾਰ ਪਰ ਫਿਰ ਵੀ ਉੱਥੇ ਦਾ ਨੌਜਵਾਨ ਜਿਹੜਾ ਸੋਸ਼ਲ ਮੀਡੀਆ ਤੇ ਸਰਗੰਭ ਰਹਿੰਦਾ ਹੈ ਜਿਹੜਾ ਜਾਂਚ ਕਰਦਾ ਰਹਿੰਦਾ ਕੋਹ ਕਰਦਾ ਰਹਿੰਦਾ ਕਿ ਕੀ ਚੱਲ ਰਿਹਾ ਜਿਹੜਾ ਸੂਝਵਾਨ ਵੋਟਰ ਹੈ ਨੌਜਵਾਨ ਸੂਝਵਾਨ ਵੋਟਰ ਉਹ ਇਸ ਮਸਲੇ ਤੇ ਨਹੀਂ ਜਾਣ ਵਾਲਾ ਕਿ ਸਾਡਾ ਸਾਰਾ ਟੱਬਰ ਪਹਿਲਾਂ ਤੋਂ ਐਨਡੀਪੀ ਨੂੰ ਪਾਉਂਦਾ ਰਿਹਾ ਸਾਡਾ ਸਾਰਾ ਟੱਬਰ ਪਹਿਲਾਂ ਤੋਂ ਕੰਜ਼ਰਵੇਟਿਵ ਰਿਹਾ ਸਾਡਾ ਸਾਰਾ ਟੱਬਰ ਲਿਬਰਲ ਨਾਲ ਜਾਂਦਾ ਰਿਹਾ ਉਹ ਕਹਿੰਦੇ ਨਹੀਂ ਅਸੀਂ ਇਸ ਵਾਰ ਜਿਹੜੀ ਵੀ ਪਾਰਟੀ ਆ ਉਸ ਪਾਰਟੀ ਦੀ ਨੀਤੀ ਨੂੰ ਸਮਝਾਂਗੇ ਉਸ ਪਾਰਟੀ ਦੇ ਲੀਡਰ ਦੀ ਸੋਚ ਕੀ ਹੈ ਉਹਨੂੰ ਸਮਝਾਂਗੇ ਫਿਰ ਵੋਟ ਪਾਵਾਂਗੇ ਸੋ ਇਸ ਲਈ ਕਿਤਨਾ ਕਿਤੇ ਜਿਹੜੀਆਂ ਬੱਜਵੀਂ ਵੋਟ ਹੈ ਉਹ ਕਟਣੀਆਂ ਜਿਹੜੀ ਪੱਕੀ ਵੋਟ ਆ ਉਹ ਘਟਣੀ ਆ ਇਸ ਲਈ ਵੋਟ ਸ਼ਿਫਟਿੰਗ ਵਾਲਾ ਜਿਹੜਾ ਹੈ ਉਹਦਾ ਵੀ ਕਿਸੇ ਨਾ ਕਿਸੇ ਹਲਕਿਆਂ 'ਚ ਨੁਕਸਾਨ ਹੋ ਸਕਦਾ ਹੈ 338 ਹਲਕੇ ਨੇ ਤੇ 2146 ਕੋ ਉਮੀਦਵਾਰ ਨੇ ਜਿਨ੍ਹਾਂ 'ਚੋਂ 1600 ਦੇ ਕਰੀਬ ਉਮੀਦਵਾਰ ਬਹੁਤ ਜ਼ਿਆਦਾ ਸਰਗਰਮ ਨੇ ਖਾਸ ਕਰਕੇ ਕੰਜ਼ਰਵੇਟਿਵ ਦੇ ਲਿਬਰਲ ਦੇ ਤੇ ਐਨਡੀਪੀ ਦੇ ਤੇ ਉਹਦੇ ਨਾਲ ਕੁਝ ਗ੍ਰੀਨ ਪਾਰਟੀ ਦੇ ਤਾਂ ਬਹੁਤ ਜ਼ਿਆਦਾ ਸਰਗਰਮ ਨੇ ਇਸ ਲਈ 1500 ਉਮੀਦਵਾਰ ਜਿਨ੍ਹਾਂ ਦੇ ਵਿੱਚੋਂ ਪੰਜਾਬ ਦੇ ਜਿਹੜੇ ਪੰਜਾਬੀ ਮੂਲ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਵਿੱਚੋਂ 18 ਦੇ ਕਰੀਬ ਬੀਬੀਆਂ ਦਾ ਹੋਣਾ ਤੇ ਕਿਤੇ ਨਾ ਕਿਤੇ 50 ਤੋਂ ਵੱਧ ਪੰਜਾਬੀ ਮੂਲ ਦੇ ਕੁੱਲ ਉਮੀਦਵਾਰਾਂ ਦਾ ਹੋਣਾ ਕਈ ਥਾਂ ਚਕੋਣਾ ਮੁਕਾਬਲਾ ਪੰਜਾਬੀਆਂ ਦੇ ਵਿੱਚ ਕਈ ਥਾਂ ਟਕੋਣਾ ਮੁਕਾਬਲਾ ਕਈ ਥਾਂ ਆਮੋ ਸਾਹਮਣੇ ਦੀ ਟੱਕਰ ਪਰ ਉਮੀਦ ਹੈ ਕਿ ਪਿਛਲੀ ਵਾਰ ਕੈਨੇਡਾ ਦੀ ਸੰਸਦ ਦੇ ਵਿੱਚ 18 ਪੰਜਾਬੀ ਮੂਲ ਦੇ ਉਮੀਦਵਾਰ ਜਿੱਤ ਕੇ ਜਾਂਦੇ ਨੇ ਇਸ ਵਾਰ ਉਹ ਗਿਣਤੀ 22 23 25 ਤੱਕ ਵੀ ਪਹੁੰਚ ਸਕਦੀ ਆ ਉਮੀਦ ਕਰ ਸਕਦੇ ਆ ਤੇ ਇਹ ਚਰਚਾ ਜਿਹੜੀ ਬਰਕਰਾਰ ਹੈ ਜੀ ਇਸ ਦੌਰਾਨ ਹੀ عوامਾਂ ਦਾ ਬਿਆਨ ਆਉਂਦਾ ਜਿਵੇਂ ਆਪਾਂ ਗੱਲ ਕੀਤੀਆਂ ਨਾ ਕਿ ਪੰਜਾਬ ਦੇ ਵਿੱਚ ਲੋਕਾਂ ਨੇ ਅਰਦਾਸ ਤਾਂ ਕਰਾਈ ਹੈ ਟਰੂਡੋ ਦੇ ਲਈ ਪੰਜਾਬ ਦੇ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਮਿੱਤਰਾਂ ਸੱਜਣਾਂ ਨੂੰ ਆਪਣੇ ਵਿਦਿਆਰਥੀ ਜਵਾਨਾਂ ਨੂੰ ਗਿਆ ਇਹਨੂੰ ਕਿਹਾ ਕਿ ਭਾਈ ਟਰੂਡੋ ਲਈ ਬੂਟਾ ਪਵਾਓ ਕਿਉਂਕਿ ਤੁਹਾਡਾ ਅਗਲੀ ਭੈਣ ਆਉਣ ਨੂੰ ਤਿਆਰ ਬੈਠੀ ਹੈ ਕੈਨੇਡਾ ਤੁਹਾਡਾ ਭਰਾ ਉਹਨੂੰ ਤਿਆਰ ਬੈਠਾ ਹੈ ਐ ਤੁਹਾਡੇ ਚਾਚੇ ਨੇ ਆਉਣਾ ਹੈ ਉਹਨਾਂ ਨੂੰ ਲੱਗਦਾ ਕਿ ਇੱਥੋਂ ਜਿਹੜੇ ਪਰਿਵਾਰ ਜਾਣ ਲਈ ਤਿਆਰ ਬੈਠੇ ਨੇ ਉਹ ਤਾਂ ਜਾ ਸਕਦੇ ਨੇ ਟਰੂਡੋ ਜਦ ਤੱਕ ਤੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਲੋਕ ਟਰੂਡੋ ਦਾ ਸਮਰਥਨ ਕਰ ਰਹੇ ਨੇ ਉਸੇ ਤਰ੍ਹਾਂ ਬਰਾਕ ਓਬਾਮਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਜਸਟਨ ਟਰੂਡੋ ਦਾ ਸਮਰਥਨ ਕੀਤਾ ਹੈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਟਰੂਡੋ ਨੂੰ ਦੁਬਾਰਾ ਲਿਆਓ ਸੱਤਾ 'ਚ ਸਾਬਕਾ ਰਾਸ਼ਟਰਪਤੀ ਨੇ ਬਰਾਕ ਓਬਾਮਾ ਤੇ ਕੈਨੇਡਾ ਦੀ ਜਨਤਾ 'ਚ ਮਕਬੂਲ ਨੇ ਚੰਗੇ ਪਛਾਣ ਰੱਖਦੇ ਨੇ ਉਹਨਾਂ ਨੇ ਕਿਹਾ ਕਿ ਜਸਟਨ ਟਰੂਡੋ ਨੂੰ ਸੱਤਾ 'ਚ ਲਿਆਉਣ ਲਈ ਦੁਬਾਰਾ ਕੋਸ਼ਿਸ਼ ਕਰੋ ਉਹਦੇ ਲਈ ਵੋਟਾਂ ਪਾਓ ਅਸਲ ਦੇ ਵਿੱਚ ਟਰੂਡੋ ਦੀ ਪ੍ਰਸ਼ੰਸਾ ਕਰਦਿਆਂ ਨਾ ਉਹ ਅਵਾਮਾ ਨੇ ਕਿਹਾ ਕਿ ਮੈਨੂੰ ਰਾਸ਼ਟਰਪਤੀ ਦੇ ਰੂਪ ਵਿੱਚ ਜਸਨ ਟ੍ਰੂਡਰ ਨਾਲ ਕੰਮ ਕਰਨ ਦਾ ਮਾਣ ਹੈ ਉਹ ਕਹਿੰਦੇ ਜਦੋਂ ਮੈਂ ਰਾਸ਼ਟਰਪਤੀ ਸੀ ਤਾਂ ਮੈਂ ਟ੍ਰੂਡਰ ਨਾਲ ਜੋ ਕੰਮ ਕੀਤਾ ਮੈਨੂੰ ਉਸ ਗੱਲ ਤੇ ਮਾਣ ਹੈ ਉਹ ਇੱਕ ਮਿਹਨਤੀ ਤੇ ਪ੍ਰਭਾਵੀ ਆਗੂ ਹੈ ਹੈ ਉਹ ਜਲਵਾਯੂ ਤਬਦੀਲੀ ਜਿਹੇ ਵੱਡੇ ਮੁੱਦਿਆਂ ਤੇ ਕੰਮ ਕਰ ਰਿਹਾ ਹੁਣ ਦੁਨੀਆ ਨੂੰ ਉਹਨਾਂ ਦੀ ਪ੍ਰਕਤੀਸ਼ੀਲ ਅਗਵਾਈ ਦੀ ਲੋੜ ਹੈ ਮੈਨੂੰ ਆਸ ਹੈ ਕਿ ਉੱਤਰ ਦੇ ਸਾਡੇ ਗਵਾਂਢੀ ਇੱਕ ਹੋਰ ਕਾਰਜਕਾਲੀ ਉਹਨਾਂ ਦਾ ਸਮਰਥਨ ਕਰਨਗੇ ਸੋ ਦੇਖਦੇ ਹਾਂ ਉਵਾਮਾ ਦਾ ਇਹ ਬਿਆਨ ਕਿੰਨਾ ਕੋ ਅਸਰ ਰੱਖਦਾ ਹੈ 우ਵਾਮਾ ਨੇ ਇਹ ਸੰਦੇਸ਼ ਅਜਿਹੇ ਸਮੇਂ ਦਿੱਤਾ ਜਦੋਂ ਕੈਨੇਡਾ ਦੀ ਫੈਡਰਲ ਚੋਣਾਂ 'ਚ ਸਿਰਫ 2 ਤੋਂ 3 ਦਿਨ ਬਚੇ ਨੇ ਤੇ ਐਨ ਮੌਕੇ ਤੇ ਜਾ ਕੇ 우ਵਾਮਾ ਦੇ ਬਿਆਨ ਦਾ ਕੈਨੇਡੀਅਨ ਵੋਟਰਾਂ ਤੇ ਕੀ ਅਸਰ ਪੈਂਦਾ ਹੈ ਇਹ ਵੀ ਹੁਣ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਟਰੂਡੋ ਤੇ 우ਵਾਮਾ ਦੀ ਦੋਸਤੀ ਵਿੱਚ ਲਿਬਰਲ ਪਾਰਟੀ ਦੇ 2015 'ਚ ਚੋਣਾਂ ਜਿੱਤਣ ਦੇ ਬਾਦ ਜਿਹੜੀ ਉਹ ਸਾਰਾ ਮਸਲਾ ਹੈ ਕਿਉਂਕਿ ਉਹ ਦੋਸਤੀ ਚ ਜਿਹੜੀ ਤੇਜ਼ੀ ਆਈ ਸੀ ਉਹ ਚੋਨਾ ਜਿਹਾ ਧੰਦ ਤੋਂ ਬਾਅਦ ਆਈ ਸੀ ਇਹ ਦੋਸਤੀ ਨੂੰ ਵਾਮਾ ਨੇ ਜਨਵਰੀ 2017 ਵਿੱਚ ਦੂਜੇ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਖਤਮ ਹੋਣ ਦੇ ਬਾਅਦ ਬਣਾਈ ਰੱਖਿਆ ਮਤਲਬ ਜਦੋਂ ਬਰਾਕ ਵਾਮਾ ਰਾਸ਼ਟਰਪਤੀ ਰਹੇ ਤਾਂ ਇਹ ਦੋਸਤੀ ਗੂੜੀ ਹੋਈ ਪਰ ਜਦੋਂ ਰਾਸ਼ਟਰਪਤੀ ਪਦ ਤੋਂ ਹਟ ਗਏ ਤਾਂ ਇਹ ਵੀ ਜਸਨ ਟਰੂਡਰ ਨਾਲ ਦੋਸਤੀ ਉਸੇ ਤਰ੍ਹਾਂ ਕਾਇਮ ਰਹੀ ਹੈ ਉਸ ਦੋਸਤੀ ਦੇ ਵਿੱਚ ਉਹਨਾਂ ਨੇ ਸਨੇਹਾ ਦਿੱਤਾ ਸੋ ਹੁਣ ਦੇਖਦੇ ਹਾਂ ਕੈਨੇਡਾ ਦੇ ਵਿੱਚ ਜਿਹੜੇ ਉਮੀਦਵਾਰ ਨੇ ਜਿਹੜੀ ਆਪਾਂ 338 ਹਲਕਿਆਂ ਦੇ ਵਿੱਚ ਉਮੀਦਵਾਰ ਨੇ 2146 ਉਹਨਾਂ ਦੀਆਂ ਧੜਕਣਾ ਤੇਜ਼ ਨੇ ਤੇ ਉੱਥੇ ਵੋਟਰਾਂ ਦੀਆਂ ਧੜਕਣਾ ਵੀ ਤੇਜ਼ ਨੇ ਮੀਡੀਆ ਵਾਲੇ ਵੀ ਜਾਂਚ 'ਚ ਲੱਗੇ ਨੇ ਕੋਖ 'ਚ ਲੱਗੇ ਨੇ ਤੇ ਤੁਸੀਂ ਅਸੀਂ ਇਸ ਖਬਰਾਂ ਦੀ ਖਬਰ ਵਿੱਚ ਫਿਰ ਉਸ ਖਬਰਾਂ ਦੇ ਹਵਾਲੇ ਨਾਲ ਆਵਾਂਗੇ ਨਤੀਜੇ ਆ ਜਾਣ ਕੌਣ ਜਿੱਤਿਆ ਕੌਣ ਹਾਰਿਆ ਕੈਨੇਡਾ ਦਾ ਪ੍ਰਧਾਨ ਮੰਤਰੀ ਕੌਣ ਇਹ ਖਬਰ ਆਪਾਂ 21 ਨੂੰ ਬਾਚਾਂਗੇ ਸੋ ਤੁਸੀਂ ਜੁੜੇ ਰਹੋ ਵਿਜ਼ਨ ਪੰਜਾਬ ਟੀਵੀ ਦੇ ਨਾਲ ਹਰ ਕਦਮ ਤੁਹਾਡੇ ਨਾਲ